ਆਸਮਾਨੀ ਬਿਜਲੀ ਰੱਬੀ ਮਾਰ ਨਹੀਂ ਕੁਦਰਤੀ ਆਫਤ ਹੈ। ਇਹ ਇਤਿਹਾਸਿਕ ਫੈਸਲੇ ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੋਹਰ ਲਗਾਈ ਗਈ ਹੈ। ਦਰਅਸਲ ਤਰਨਤਾਰਨ ਦੇ ਪਿੰਡ ਬ੍ਰਹਮਪੁਰਾ ਚ ਵਾਸੀ ਲਖਵਿੰਦਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਜੋ ਕਿ ਗਰਭਵਤੀ ਸੀ 18 ਜਨਵਰੀ ਨੂੰ ਇੱਟਾਂ ਦੇ ਭੱਠੇ ਤੇ ਕੰਮ ਕਰਦੇ ਸਮੇਂ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਸੀ। ਲਖਵਿੰਦਰ ਸਿੰਘ ਵੱਲੋਂ ਸਰਕਾਰ ਕੋਲੋਂ ਮੁਆਵਜ਼ਾ ਲੈਣ ਲਈ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ ਸੀ, ਜਿਸ ਤੇ ਮਾਣਯੋਗ ਹਾਈ ਕੋਰਟ ਵੱਲੋਂ ਇਸ ਨੂੰ ਕੁਦਰਤੀ ਆਫਤ ਆਖ ਲਖਵਿੰਦਰ ਸਿੰਘ ਨੂੰ ਬੰਦ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ। ਦੇਖੋ ਜੀ, ਇਸ ਤਰ੍ਹਾਂ ਲਖਵਿੰਦਰ ਸਿੰਘ ਮੇਰੇ ਤੋਂ ਡੇਢ ਸਾਲ ਪਹਿਲਾਂ ਆਏ ਸੀਗੇ ਅਤੇ ਇਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਮੇਰੀ ਜਿਹੜੀ ਵਾਈਫ ਇਹਦੀ ਘਰਵਾਲੀ ਸੀ ਉਹ ਭੱਠੇ 'ਤੇ ਕੰਮ ਕਰਦਿਆਂ ਹੋਇਆਂ ਬਿਜਲੀ ਅਸਮਾਨੀ ਪੈ ਗਈ ਸੀ ਅਤੇ ਉਹਦੇ ਨਾਲ ਮੌਤ ਹੋ ਗਈ ਸੀ ਅਤੇ ਇਹਨੂੰ ਸਰਕਾਰ ਵੱਲੋਂ ਕੋਈ ਇਹਦੀ ਬਹੁਤੀ ਮਦਦ ਨਹੀਂ ਕੀਤੀ ਗਈ। ਇਹਨੇ ਕਾਫੀ ਉਸ ਟਾਈਮ ਦੇ ਮੰਤਰੀਆਂ ਦੇ ਚੱਕਰ ਵੀ ਕੱਟੇ। ਫਿਰ ਉਸ ਤੋਂ ਬਾਅਦ ਮੇਰੇ ਕੋਲ ਆਇਆ, ਮੈਂ ਕਿਹਾ ਵੀ ਅਸੀਂ ਤੇਰੀ ਜਿਹੜੀ ਆ ਪਟੀਸ਼ਨ ਤਿਆਰ ਕਰਕੇ ਹਾਈ ਕੋਰਟ ਵਿੱਚ ਪਾਉਂਦੇ ਹਾਂ ਅਤੇ ਤੈਨੂੰ ਉੱਥੋਂ ਜ਼ਰੂਰ ਸਹਾਇਤਾ ਮਿਲੂਗੀ, ਜਿਹਦੇ ਤਹਿਤ ਅਸੀਂ CWP 24911 ਪਟੀਸ਼ਨ 2016 ਦਾਇਰ ਕੀਤੀ ਅਤੇ ਉਹ ਮਾਣਯੋਗ ਹਾਈ ਕੋਰਟ ਨੇ ਉਹਦੇ ਵਿੱਚ ਫੈਸਲਾ ਕੀਤਾ ਕਿ ਇਹ ਜਿਵੇਂ ਭੂਚਾਲ ਆਉਂਦੇ ਆ ਜਾਂ ਸੁਨਾਮੀ ਆਉਂਦੀ ਆ, ਜਿਹੜਾ ਅਸਮਾਨੀ ਬਿਜਲੀ ਡਿੱਗਣੀ ਆ ਇਹ ਵੀ ਉਸੇ ਤਰ੍ਹਾਂ ਹੀ ਇਹਨੂੰ ਮੰਨਿਆ ਜਾਵੇ, ਕਿਉਂਕਿ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਅਸਮਾਨੀ ਬਿਜਲੀ ਵੀ ਦੱਸ ਕੇ ਨਹੀਂ ਪੈਂਦੀ ਜਿਸ ਤਰ੍ਹਾਂ ਭੂਚਾਲ ਜਾਂ ਸੁਨਾਮੀ ਦੱਸ ਕੇ ਨਹੀਂ ਆਉਂਦੀ। ਇਸੇ ਤਰ੍ਹਾਂ ਕੋਰਟ ਨੇ ਕੰਸਿਡਰ ਕੀਤਾ ਵਾ, ਆਪਣਾ ਇੱਕ ਇਤਿਹਾਸਿਕ ਫੈਸਲਾ ਦਿੱਤਾ ਅਤੇ ਅਸੀਂ ਆਨਰੇਬਲ ਹਾਈ ਕੋਰਟ ਦੇ ਬਹੁਤ ਹੀ ਇਸ ਫੈਸਲੇ 'ਤੇ ਬਹੁਤ ਖੁਸ਼ੀ ਪ੍ਰਗਟ ਕਰਦੇ ਹਾਂ, ਕਿਉਂਕਿ ਇਹਦੇ ਨਾਲ ਕਾਫੀ ਜਿਹੜੇ ਹੋਰ ਵੀ ਜਿਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜਾਂ ਜਿਨ੍ਹਾਂ ਨੂੰ ਕੋਈ ਸਰਕਾਰ ਵੱਲੋਂ ਰਾਹਤ ਨਹੀਂ ਮਿਲੀ ਉਹਨਾਂ ਨੂੰ ਵੀ ਅੱਗੇ ਤੋਂ ਸਰਕਾਰ ਵੱਲੋਂ ਰਾਹਤ ਮਿਲੂਗੀ। ਫੈਸਲਾ ਤਾਂ ਹੱਕ 'ਚ ਆ ਗਿਆ, ਪਟੀਸ਼ਨ ਡਿਸਪੋਜ਼ ਆਫ ਕਰ ਦਿੱਤੀ ਆ, ਲੇਕਿਨ ਜਿਹੜੀ ਉਹਦੀ ਅਮਾਊਂਟ ਆ ਉਹ ਅਜੇ ਤੈਅ ਕਰਨੀ ਬਾਕੀ ਆ। ਉਹ ਕੁਛ ਉਹਦੇ ਦਿਸ਼ਾ ਨਿਰਦੇਸ਼ ਹੈਗੇ ਆ, ਉਹਦੇ ਅਸੀਂ ਉਹਦੀ ਡੇਟ ਆਫ ਬਰਥ ਸਰਟੀਫਿਕੇਟ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਉਹਦੀ ਕਿੰਨੀ ਉਮਰ ਸੀਗੀ, ਕਿੰਨਾ ਉਹਨੇ ਹਾਲੀ ਹੋਰ ਜਿਉਣਾ ਸੀ, ਉਹਦੇ ਹਿਸਾਬ ਨਾਲ ਤੈਅ ਹੋਣੀ ਆ। ਇਹ ਮਾਣਯੋਗ ਜਸਟਿਸ ਆਰ ਕੇ ਜੈਨ ਸਾਹਿਬ ਨੇ ਫੈਸਲਾ ਦਿੱਤਾ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।